ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਭਾਈ ਬਲਵੰਤ ਸਿੰਘ ਰਾਜੋਵਾਲ ਵਾਸਤੇ ਉਹਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਨੀ ਹੈ। ਵਾਹਿ ਖਾਲਿਸਤਾਨ, ਖਾਲਿਸਤਾਨ ਰਾਜ ਕਰੇਗਾ, ਰਾਜ ਕਰੇਗਾ, ਬੜੇ ਸੋਹਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਪੇਨ ਦੀਆਂ ਦੂਰੋਂ ਨੇੜੋ ਨੇੜਿਓਂ ਆਈਆਂ ਸਿੱਖ ਸੰਗਤਾਂ ਨੂੰ ਸਾਰਿਆਂ ਨੇ ਸਿੱਖੀ ਦਾ ਸਬੂਤ ਦਿੰਦਿਆਂ ਹੋਇਆ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਵੱਲੋਂ ਰੰਭੇ ਸੰਘਰਸ਼ ਦੌਰਾਨ ਯੋਧੇ ਸੂਰਬੀਰ ਆਪਣੀਆਂ ਜਾਨਾਂ ਦੇ ਸ਼ਹਾਦਤ ਪਾਉਂਦੇ ਸ਼ਹੀਦ ਹੋ ਗਏ, ਜਿਨ੍ਹਾਂ ਵਿੱਚੋਂ ਕੌਮ ਦਾ ਮਹਾਨ ਹੀਰਾ ਜਰਨੈਲ ਭਾਈ ਬਲਵੰਤ ਸਿੰਘ ਜੀ ਰਾਜੋਆਣਾ, ਜਿਹੜਾ 17 ਸਾਲ ਤੋਂ ਖਾਲਸਾ ਜੀ ਨਜ਼ਰਬੰਦ ਜੇਲ੍ਹ ਦੇ ਵਿੱਚ ਹੈ, ਕਿਸੇ ਵੀ ਸੰਤ ਸਮਾਜ ਨੇ, ਕਿਸੇ ਵੀ ਅਕਾਲੀ ਦਲ ਨੇ, ਕਿਸੇ ਨੇ ਵੀ ਉਸ ਵੀਰ ਦੀ ਖਬਰ ਨਹੀਂ ਲਈ, ਪਰ ਅੱਜ ਮੇਰੇ ਵੀਰ ਉਸ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਦੱਸ ਦਿੱਤਾ ਹੈ, ਜਿਹੜਾ ਅਸੀਂ ਰੋਜ਼ ਪੜ੍ਹਦੇ ਸਾਂ ਕਿ ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋਏ। ਅੱਜ ਸਾਰਾ ਸਿੱਖ ਜਗਤ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਦੇ ਪਾਏ ਹੋਏ ਪੂਰਨਿਆਂ 'ਤੇ, ਲੀਕੇ ਹੋਏ ਨਕਸ਼ੇ 'ਤੇ ਚੱਲਦਿਆਂ ਹੋਇਆਂ ਥਾਂ ਥਾਂ ਦੇ ਉੱਤੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ। ਚੌਪਈ ਸਾਹਿਬਾਂ ਦੇ ਪਾਠ, ਸੁਖਮਣੀ ਸਾਹਿਬਾਂ ਦੇ ਪਾਠ, ਭਾਈ ਰਾਜੋਆਣਾ ਦੀ ਰਿਹਾਈ ਅਤੇ ਚੜ੍ਹਦੀ ਕਲਾ ਵਾਸਤੇ ਅੱਜ ਸਾਰਾ ਸਿੱਖ ਸੰਘਰਸ਼ ਇਕੱਠਾ ਹੋ ਕੇ ਸਾਰੇ ਸਿੱਖਾਂ ਨੇ ਬੜਾ ਏਕਤਾ ਦਾ ਸਬੂਤ ਦਿੱਤਾ ਹੈ। ਇੱਕ ਕਵੀ ਕਵਿਤਾ ਲਿਖਦਾ ਹੈ, ਜਦੋਂ ਵੀ ਧਰਮ ਦਾ ਕਿਤੇ ਵਿਰੋਧ ਹੋਇਆ, ਜਾਨਾਂ ਹੱਸ ਕੇ ਵਾਰੀਆਂ ਖਾਲਸੇ ਨੇ, ਦੇਸ਼ ਕੌਮ ਅਤੇ ਧਰਮ ਦੀ ਸ਼ਾਨ ਬਦਲੇ, ਲਾਈਆਂ ਅਰਸ਼ ਉਡਾਰੀਆਂ ਖਾਲਸੇ ਨੇ, ਜਿਉਂਦਾ ਯੋਧਿਆਂ ਦਾ ਮਰਦਾਂ ਵਾਂਗ ਮਰਨਾ, ਮੁੱਢੋਂ ਰਿਹਾ ਨਿਸ਼ਾਨਾ ਇਹ ਖਾਲਸੇ ਦਾ, ਜਿਹਦਾ ਘੁੱਟ ਪੀ ਕੇ ਯੋਧੇ ਅਮਰ ਹੋ ਗਏ, ਉੱਚਾ ਸੁੱਚਾ ਨਿਸ਼ਾਨਾ ਇਹ ਖਾਲਸੇ ਦਾ, ਖਾਲਿਸਤਾਨ। ਭਾਈ ਬਲਵੰਤ ਸਿੰਘ ਰਾਜੋਆਣਾ, ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ, ਖਾਲਿਸਤਾਨ ਜਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦਾਰ ਲਖਵਿੰਦਰ ਸਿੰਘ ਜੀ ਸ਼ਾਹੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਫੋਰਕ ਨੇਤੇ ਦੇ ਲਾਗੇ ਪਹੁੰਚਣ। ਫੋਰਕ ਨੇਤੇ ਦੇ ਵਿੱਚੋਂ ਪਾਣੀ ਦੇ ਕੈਨੀਆਂ ਕੱਢ ਰਹੀਆਂ ਹਨ। ਲਖਵਿੰਦਰ ਸਿੰਘ ਜੀ ਸ਼ਾਹੀ ਆਪਣੇ ਗੱਡੀ ਦੇ ਕੋਲ ਪਹੁੰਚਣ। ਹੁਣ ਮੈਂ ਸਰਦਾਰ ਧਰਮਪਾਲ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ ਕਿ 1-2 ਮਿੰਟ ਵਾਸਤੇ ਆ ਕੇ ਸਿਰਫ ਸਪੈਨਿਸ਼ ਦੇ ਵਿੱਚ ਹੀ ਬੋਲਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪਾਂ ਨੂੰ ਅੱਜ ਖਾਲਸਤਾਨ ਦੇ ਨਾਰੇ ਲਾਉਣ ਦੀ ਬਜਾਏ ਭਾਈ ਬਲਵੰਤ ਸਿੰਘ ਵਾਸਤੇ, ਸਿਰਫ ਤੇ ਸਿਰਫ ਭਾਈ ਬਲਵੰਤ ਸਿੰਘ ਵਾਸਤੇ ਨਾਰੇ ਲਾਉਣੇ ਆ। ਅਸੀਂ ਅੱਜ ਇੱਥੇ ਖਾਲਸਾ ਨੂੰ ਬਣਾਉਣ ਨਹੀਂ ਆਏ, ਅਸੀਂ ਅੱਜ ਇੱਥੇ ਭਾਈ ਬਲਵੰਤ ਸਿੰਘ ਜੀ ਦੀ ਰਿਹਾਈ ਵਾਸਤੇ ਆਏ ਹਾਂ, ਤਾਂ ਕਿ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈ 31 ਮਾਰਚ ਨੂੰ ਟੰਗ ਕੇ ਫਾਂਸੀ ਦੇ ਉੱਤੇ ਮਾਰਨ ਵਾਸਤੇ, ਉਹ ਰੋਕਣ ਵਾਸਤੇ ਆਏ ਹਾਂ। 2-3 ਗੱਲਾਂ ਕਰਨੀਆਂ ਨੇ, ਬਾਅਦ ਵਿੱਚ ਸਪੈਨਿਸ਼ ਵਿੱਚ ਵੀ ਸਪੈਨਿਸ਼ ਆਪਣੇ ਕੋਲ ਆਏ ਨੇ। ਅੱਜ ਐਤਵਾਰ ਦਾ ਦਿਨ ਹੋਣ ਕਰਕੇ ਸਾਡੇ ਕੋਲ ਹੋਰ ਪੋਲੀਟੀਕਲ ਲੈਵਲ ਬੰਦੇ ਬਹੁਤ ਆ ਸਕਦੇ ਸੀ। ਅਗਰ ਇਹੀ ਇਕੱਠ ਜਿਹੜਾ ਸਾਡਾ ਅੱਜ ਦਾ, ਇਹ ਕਿਸੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਦੇ ਦਿਨ ਤੱਕ ਹੁੰਦਾ, ਤਾਂ ਇੱਥੇ ਦੀ ਮੀਡੀਆ ਵੀ ਸਾਡੇ ਕੋਲ ਸਾਰੀ ਪਹੁੰਚ ਸਕਦੀ ਸੀ ਜਿਹੀ ਇਕੱਠ ਸਾਡਾ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਦੇ ਵਿੱਚ ਹੁੰਦਾ। ਪਹਿਲਾ ਪੁਆਇੰਟ, ਸਾਰੇ ਮੇਰੇ ਵੀਰਾਂ ਨੂੰ, ਭੈਣਾਂ ਨੂੰ ਬੇਨਤੀ ਹੈ ਕਿ ਆਪਣਾ ਸਮਾਨ ਜਿਹੜਾ ਆਪਣੇ ਕੋਲ ਕੰਟਰੋਲ ਦੇ ਵਿੱਚ ਰੱਖਿਓ। ਇੱਥੇ ਇਸ ਏਰੀਏ ਦੇ ਵਿੱਚ ਚੋਰ ਬਹੁਤ ਨੇ, ਕੋਈ ਕਿਸੇ ਦਾ ਪਾਰਸ, ਮੋਬਾਈਲ ਜਾਂ ਕੋਈ ਚੀਜ਼ ਗੁੰਮ ਨਾ ਹੋ ਜਾਵੇ, ਇਹ ਬਹੁਤ ਜ਼ਰੂਰੀ ਗੱਲ ਹੈ। ਆਪਾਂ ਸਾਰਿਆਂ ਨੇ ਅੱਜ ਜਕਾਰੇ ਲਾ ਕੇ ਇੱਥੋਂ ਚਲੇ ਜਾਣਾ, ਕੱਲ੍ਹ ਆਪਣੇ ਆਪਣੇ ਕੰਮਾਂ 'ਤੇ ਡਟ ਜਾਣਾ, ਆਪਣੇ ਆਪਣੇ ਪ੍ਰਸ਼ਾਦੇ ਅਸੀਂ ਰੇੜਨਾ ਸ਼ੁਰੂ ਕਰ ਦੇਣੇ, ਰਾੜਨੇ। ਲੇਕਿਨ ਉਸ ਪਰਿਵਾਰ ਨੂੰ, ਅਗਰ ਸਿੰਘ ਸਾਡਾ ਬਚ ਗਿਆ ਤਦ ਵੀ ਜਾ ਕੇ ਕਿਸੇ ਨੇ ਨਹੀਂ ਪੁੱਛਣਾ, ਅਗਰ ਉਹਨੂੰ ਫਾਂਸੀ 'ਤੇ ਟੰਗ ਦਿੱਤਾ ਤਦ ਵੀ ਆਪਾਂ ਕਿਸੇ ਨੇ ਨਹੀਂ ਜਾ ਕੇ ਪੁੱਛਣਾ, ਕਿਉਂਕਿ ਅੱਜ ਤੱਕ ਸ਼ਹੀਦਾਂ ਨੂੰ ਅਸੀਂ ਪੁੱਛਿਆ ਵੀ ਨਹੀਂ ਹੈ।
असी की करते हैं स्टेजा के उजकारे व्डे व्डे खालसान के मार के अपने अपने घर जाने अपने अपने भरावान दत्तं वढ़ते अपने अपने भरावान के सिर अं खुद वढ़ते हैं तो फिर असी सरकार को इल्जाम लाने कि सिखा के सिर वे जा रहे हैं। तो इनिया बेनती ये अज खास करके कुछ चीज़ा जीडिया पता लगिया ने कि वह भैन जी जोड़े है उन्होंने भी बेनती की है सिख चैनल से भाई बलवंत सिंह राजवाणा उन्होंने आप अज संगत दे विच इत्थे जिन्ने बैठे हाँ बाद विच असी माया भी थोड़ी जी इकट्ठी करके उन्होंने परिवार को जरूर भुजनी आ यह बेनतियां ने छोटी छोटिया यह याद रखियो संगत दे विचों भावें एक यूरो तो भावें दस तो चाहे भी इकट्ठे करनगे प्रबंधक कमेटी को बेनती है कि पैसे इकट्ठे करके वह भैन जी ने डायरैक्ट भेजे जाएंगे। हाँ मैं बेनती इन्होंने की स्पेनिश बोलने की पर पंजाबी मेरा वीर जी बोलना जरूरी है कि अज जयकारे तो लाने तो भाई बलवंत सिंह राजवान की फांसी रोकने वास्ते ही लाने कोशिश करो दूजे पासे ध्यान ना लेके जाओ बोनो आर एस फ्रीको अकी आई बस्तानते खेनते दे कुमनी का कतलाना एस्तान को नोसोत्रोस Ernesto Senior Ernesto de esta aquí de Partido Socialista desde mañana antes que nosotros ya estaba aquí. También tenemos Juan, es un chico representante de una federación que se llama Vicente Ferrer, también tomarán dos minutos a hablar con nosotros. Esto es permiso de hoy, de aquí nos han dado solo en un día. ¿Sabéis qué quiere decir en un día permisos? No quiero decir solo permisos, eso creo que la comunidad catalana o gobierno catalán cree en los SICS, cree en amor de los SICS, cree en paz de los SICS. Quiere decir, nosotros tenemos que dar la imagen nuestra de paz. El Balwant Singh, si está aceptando que le cuelguen ahorcado, que le maten ahorcado, porque respeta la paz. Si los SICS, todos los SICS que están en prisión o todos los SICS se han dado la cabeza para nosotros, hoy yo creo que cada uno de nosotros tenemos que llegar a ser Pai Balwant Singh Rajoana. Solo una Rajoana no puede hacer Khalistán. Todos tenemos que ser Pai Balwant Singh Rajoana. Todos y cada uno de vosotros. ¿Sabéis qué quiere decir esto? Desde aquí, hablar en micrófono, todos que sabemos hablar cada día, es fácil. Lo podemos hacer porque nos tenemos práctica de hablar. Pero me gustaría uno de vosotros que no ha hablado nunca por micrófono, que se levante, que venga aquí, qué siente como hermana, qué siente como madre, qué siente como hermano, qué siente como padre, que a Balwant Singh Rajoana, si le cuelgan el día 31 después de esto, ¿qué va a hacer Khalistán si no sabemos ni levantar la voz? A mí me gustaría desde público que no han hablado nunca, que vengan aquí, que hablen, que defiendan, que esta pena de muerte se quite, que Pai Balwant Singh Rajoana no le vayan a ahorcar de ninguna manera. Estamos en contra de la muerte, la pena de la muerte. Ahora yo lo pediría, señor Joan y Ernesto. ¿No has hablado nunca? Mire, hay un señor, hay un chico joven que va a hablar. Yo luego pediré a Ernesto y al Joan que también ellos van a decir lo que piensan de esto. Me gustaría más jóvenes, más hermanas, más mis madres que se levanten, o como mis padres, que vengan aquí a decir qué piensan cuando uno de nosotros no estará, si acaso, que no les defiendamos. Muchas gracias. ਜਿਹੜੀਆਂ ਭੈਣਾਂ ਸਾਡੇ ਕੋਲ ਸਟੇਜ 'ਤੇ ਆਈਆਂ ਨੇ ਪਲੀਜ਼ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਇਕੱਲਿਆਂ ਇਕੱਲਿਆਂ ਨੂੰ ਟਾਈਮ ਨਹੀਂ ਦੇ ਸਕਦੇ ਬੁਲਾਰੇ ਬਹੁਤ ਜ਼ਿਆਦਾ ਨੇ ਇਹ ਸਾਰੀਆਂ ਭੈਣਾਂ ਸਾਂਝੇ ਤੌਰ 'ਤੇ ਹੀ ਜੋ ਸਾਡੇ ਨਾਅਰੇ ਨੇ ਉਹ ਹੀ ਗਜਾਉਣਗੀਆਂ ਮੇਰੀ ਬੇਨਤੀ ਪ੍ਰਵਾਨ ਕਰਿਓ ਸਮੇਂ ਦੀ ਬਹੁਤ ਹੀ ਘਾਟ ਹੈ ਬੁਲਾਰੇ ਬਹੁਤ ਜ਼ਿਆਦਾ ਨੇ ਇਹ ਜਿੰਨੀਆਂ ਵੀ ਮੇਰੀਆਂ ਭੈਣਾਂ ਆਈਆਂ ਨੇ ਸਿਰਫ ਅਤੇ ਸਿਰਫ ਨਾਅਰੇ ਹੀ ਬੁਲਾਉਣਗੀਆਂ ਆਓ ਜੀ ਸਭ ਤੋਂ ਗੱਲ ਹੈ ਕਿ ਇਹਨਾਂ ਨੇ ਕਿਹਾ ਹੈ ਸਾਨੂੰ ਨਾਅਰੇ ਬੁਲਾਉਣ ਨੂੰ सिर्फ ए नहीं हो सकता जिथे तक इन्हों की आवाज पहुंचती है उथे साडे वास्ते सिर्फ नारे जिथे लेडीसा नु हमेशा इस तरह मैनू ए हैगा कि अपने घरां दे विच वी उन्हां नु बड़ा डक दिता जांदा होणा है पिछे रहो ते इस ते जिथे असीं अपने घर विच लड़ लड़ के हक लैंदे आ उथे ए हक वी अपने आदमियां दे वल बणदा है कि असीं उन्हां तों लड़ के पिछे होईए उन्हां ने अज जिथे वेख ਅੱਜ ਜਿੱਥੇ ਕਿਹਾ ਸੀਗਾ ਕਈਆਂ ਨੂੰ ਮੈਂ ਲੇਡੀਜ਼ਾਂ ਨੂੰ ਕਿਹਾ ਕਹਿੰਦੇ ਕਿ ਭੈਣ ਜੀ ਘਰ ਜਾ ਕੇ ਰੋਟੀ ਬਣਾਉਣੀ ਆ ਜੇ ਸਾਡੇ ਆਦਮੀ ਸਾਡੇ ਨਾਲ ਰਸੋਈਆਂ 'ਚ ਮਦਦ ਕਰ ਸਕਦੇ ਆ ਤੇ ਅੱਜ ਸਾਨੂੰ ਰੋਟੀ ਬਣਾਉਣੀ ਕਿਉਂ ਜ਼ਰੂਰੀ ਆ ਉਹ ਜਿਹੜੇ ਜਿਹੜਾ
दूजी गल अज सारे ने दस देना चाहिए है उन्होंने लोगों कि जेड़े उन्होंने घर पिछे रुले है अज उन्होंने घर न स्वर्ण का घर बना देना चाहिए ताकि अगे आने वाले जेड़े योद्धे है अपने कौम वास्ते शहीदियां देने वास्ते अपने कौम लई जेड़े शहीदी देने वास्ते अगे पैर वधदे आ उन्होंने पैर कितने अपने घर परिवार बच्चे माता पिता उन्होंने सोच करके कि पिछे ना हो जाए शहीदियों की लोड़ है पर उन्होंने उन्होंने भी लोड़ है जेड़े उन्होंने परिवार को पिछे सामण ता ही अगे आऊगी कौम नहीं तो हरेक जेड़ा भी है अपना मसला लैके अपने घर बह जाता है इतने साड़ी लेडीसां नूं भी लोड़ है कि सिर्फ घर से ज टीविया से देख के आप जो सीरियल वो जड़े है कम हूँ अभी अगे आके करने हैं वाहेगुरु जी का खालसा वाहेगुरु जी की फतेह सत श्री अकाल गुरु गुरु प्यारी साहिब संगत जी पहले मैं ही कहना चाहवांगी कि बादल नूं चाहिदा है कि जो शीशे के मूहरे खड़ के हर रोज पग बनता है उन्होंने चाहिए है सोचना कि अगर दिलावर भाई दिलावर सिंह जी ने अते भाई राजू राणा जी ने बेअंते नूं गड्डी ना चाड़िया हुंदा ते अज बादल दे सिर ते ये पग नहीं होनी सी बादल कोलो ये सीट नहीं होनी सी बादल नूं पहले सोच है अपनी सीट की अज चाहिए है कि बादल साडे नाल रले अते भाई राजू राणा जी नूं रिहा करे बोले सोनहाल वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह हौसला तो पैंदा ही है पर मैं भी हौसला कढ़ के आया हाँ वो तो फांसिया दे रहे हैं साडा इत्थे हौसला नहीं पैंदा तो एक छोटी जी मैं भी शेर जिहा लिखिया आ गांधी परिवार बारे ऊधम सिंह ने जब फांसी ऊधम सिंह जब फांसी लाई ना बोलिया सी परिवार गांधी जब भगत सिंह ने फांसी दी उदो अहमत ना की परिवार गांधी जो 1984 संत बाबा भिंडरां साहिब टक्कर लीती ना घाट घाट का रहा परिवार गांधी अज राजूवाणे नू फांसी की हुक्म सुनाई है तभी पिट्ठ मरोड़ के खड़ा परिवार गांधी सरदारा के पुत अन्ने शहीद हो गया अन्निया फांसी लगिया सारी आजादी झोली च पा गया परिवार गांधी मेरा एक संदेश है हिंद सरकार नू जे फांसी ना रोकी गई पहले तो कल्ली इंदिरा गांधी चक्की सी हुण चक्कांगे सारा परिवार गांधी